ਸਲਾਮ ਵਾਲੇਕੁਮ तमाम ਦੋਸਤੋ ਕੀ ਹਾਲ ਚਾਲ ਹੈ ਵਧੀਆ ਸਾਰੇ ਅੱਜ ਜੀ ਸਵੇਰ ਨਾਸ਼ਤਾ ਕਰਨ ਤੋਂ ਬਾਅਦ ਅਸੀਂ ਕਿ ਅਸੀਂ ਚਲੀਆਂ ਛੱਡ ਤੇ ਫਾਰਮ ਤੇ ਜਾ ਕੇ ਦੇਖੀਏ ਫਾਰਮ ਤੇ ਆਏ ਤੇ ਮਾਸ਼ਾਅੱਲਾ ਜੀ ਮੌਸਮ ਬਹੁਤ ਵਧੀਆ ਬਣਿਆ ਹੋਇਆ ਸੀਗਾ ਅੱਜ ਅਸੀਂ ਆਏ ਫਾਰਮ ਦਾ ਚੱਕਰ ਵਗੈਰਾ ਲਾ ਕੇ ਜਾਨਵਰਾਂ ਦੇਖਤੀ ਅਸੀਂ ਫਿਰ ਚਲੇ ਗਏ ਦੂਸਰੀ ਤਰਫ ਮੱਝਾਂ ਲਈ ਛੱਡ ਦੀ ਤਰਫ ਠੀਕ ਹੈ ਮੱਝਾਂ ਲਈ ਛੱਡ ਦੀ ਤਰਫ ਗਏ ਆ ਤੇ ਉੱਥੇ ਜਾ ਕੇ ਅਸੀਂ ਦੇਖਿਆ ਜੀ ਮਾਸ਼ਾਅੱਲਾ ਮੱਝਾਂ ਸਾਰੀਆਂ ਬਿਲਕੁਲ ਮੌਸਮ ਇੰਜੋਏ ਕਰ ਰਹੇ ਸੀ ਬਿਲਕੁਲ ਠੀਕ ਠਾਕ ਫਿਟਫਾਟ ਜ਼ਬਰਦਸਤ ਅਬ ਦਾ ਥੱਲੇ ਕ ਖਾਰੀਆਂ ਸੀਗੀਆਂ ਉਸ ਤੋਂ ਬਾਅਦ ਅਸੀਂ ਇੱਕ ਬਣਾਇਆ ਸੀ ਆਪਣੇ ਇੱਕ ਛੋਟਾ ਜਿਹਾ ਪਾਰਕ ਫਾਰਮ ਦੇ ਵਿੱਚ ਹੀ ਉੱਥੇ ਗਏ ਆ ਉੱਥੇ ਜਾ ਕੇ ਜੇ ਅਸੀਂ ਦੇਖਿਆ ਕੀ ਕੰਮ ਸ਼ਾਮ ਹੋ ਰਿਹਾ ਉੱਥੇ ਜੀ ਜ਼ਮੀਨ ਤਿਆਰ ਹੋ ਰਹੀ ਸੀ ਹੋਰ ਪlant ਲਾਣੇ ਸੀਗੇ ਹੋਰ ਪੌਦੇ ਲਈ ਲਿਆਏ ਸੀਗੇ ਅਸੀਂ ਉਹ ਲਾਏ ਨੇ ਤੇ ਉਸ ਤੋਂ ਬਾਅਦ ਅਸੀਂ ਜੀ ਵਾਗ ਗਏ ਆ ਆਪਣੀ ਜਿੱਥੇ ਅਸੀਂ ਮਿਰਚਾਂ ਵਗੈਰਾ ਲਾਈ ਹੋਈਆਂ ਨੇ ਫਾਰਮ ਵਾਸਤੇ ਮਜ਼ਦੂਰਾਂ ਵਾਸਤੇ ਉੱਥੇ ਗਏ ਆ ਉੱਥੇ ਜੀ ਮਜ਼ਦੂਰ ਕੰਮ ਕਰਦੇ ਫਿਰਦੇ ਸੀਗੇ ਮਾਸ਼ਾਅੱਲਾ ਉਸ ਤੋਂ ਬਾਅਦ ਮਿਰਚੀ ਮਾਸ਼ਾਅੱਲਾ ਬਹੁਤ ਹੀ ਅੱਛੀ ਸੀ ਸਾਰਾ ਮੇਰੇ तकरीबन 2 ਕਿੱਲਾਂ ਦੇ ਵਿੱਚ ਮਰਚ ਲਾਈ ਹੋਈ ਸੀ ਤੇ ਉਸ ਤੋਂ ਬਾਅਦ ਅਸੀਂ ਜਾਣੇ ਅੱਗੇ ਤੋਰੀਆਂ ਵਗੈਰਾ ਲੱਗੀਆਂ ਹੁੰਦੀਆਂ ਨੇ ਮਿਰਚੀ ਦੇ ਨਾਲ ਹੀ ਤੋਰੀਆਂ ਦੀ ਬੱਲਾਂ ਹੁੰਦੀਆਂ ਨੇ ਤੇ ਨਾਲ ਹੁਣ ਸਾਡੇ ਬਿਲਕੁਲ ਜਿਹੜਾ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਵੱਡੇ ਪੌਦੇ ਸਾਰਾ ਲੀਮੂ ਦਾ ਬਾਗ ਹੈ ਪੀਲੇ ਪੀਲੇ ਪੌਦੇ ਜਿਹੜੇ ਤੁਹਾਨੂੰ ਫੁੱਲ ਨਜ਼ਰ ਆ ਰਹੇ ਨੇ ਜੀ ਇਹ ਸਾਰੇ ਹੈਗੇ ਨੇ ਤੋਰੀਆਂ ਦੀਆਂ ਕੱਦੂ ਦੀਆਂ ਬੱਲਾਂ ਨੇ ਸਾਰੀਆਂ ਜੀ ਠੀਕ ਹੈ ਇਹ ਵੀ ਮਤਲਬ ਕਿ ਇੱਥੇ ਪਕਾ ਲੈਂਦੀ ਹੈ ਉਸ ਤੋਂ ਬਾਅਦ ਅੱਗੇ ਅਸੀਂ ਨਹਿਰ ਤੇ ਜਾਣੇ ਆ ਜੀ ਨਹਿਰ ਤੇ ਜਾ ਕੇ ਦੇਖਦੇ ਆਂ ਆਪਣੀ ਮੋਟਰ ਜਿੱਥੇ ਜ਼ਮੀਨਾਂ ਨੂੰ ਪਾਣੀ ਲੱਗਦਾ ਖੜਾਉਂਦਾ ਇਹ ਮੋਟਰ ਦਾ ਜੀ ਮੋਟਰ ਲੱਗੀ ਹੋਈ ਹੈ ਇੱਥੋਂ ਪਾਣੀ ਜਾਂਦਾ ਸੀ ਤਾਂ ਜ਼ਮੀਨਾਂ ਨੂੰ ਜਿਹੜੀ ਜ਼ਮੀਨ ਨੂੰ ਚਾਹੀਦੀ ਹੁੰਦਾ ਜ਼ਮੀਨ ਤੇ ਪਾਣੀ ਜਾਂਦੇ ਸਾਡਾ ਸਾਰਾ ਸਿਸਟਮ ਲੱਗੇ ਹੋਇਆ ਹੈ ਜੀ ਤੇ ਉਸ ਤੋਂ ਬਾਅਦ ਅਸੀਂ ਬਾਗ ਜਾਣੇ ਆ ਜੀ ਸ਼ੈੱਡ ਦੇ ਵਿੱਚ ਜਾਣੇ ਆ ਤੇ ਜਾ ਕੇ ਦੇਖਦੇ ਆਂ ਜੀ ਮੱਝ ਮਾਸ਼ਾਅੱਲਾ ਸੂਂਦੀ ਹੈ ਤੇ ਕੱਟਾ ਦਿੰਦੀ ਹੈ ਉਸ ਤੋਂ ਬਾਅਦ ਮੱਧ ਸਾਰੀਆਂ ਉਤਿਆਈਆਂ ਹੀ ਹੁੰਦੀਆਂ ਨੇ ਤੇ ਚੁਆਈ ਵਾਸਤੇ ਚੁਆਈ ਖਤਮ ਹੋ ਕੇ ਵਗ ਜਾਂਦੀ ਐ ਤੇ ਮੈਂ ਆ ਜਾਂਦਾ ਨਾ ਕੁੱਤਰ ਵਾਲਿਆਂ ਪਾਈ ਕੋਲ ਉਹਨਾਂ ਤੋਂ ਹਾਲਚਾਲ ਪੁੱਛ ਕੇ ਉਹਨਾਂ ਤੋਂ ਲੈਣੇ ਇਜਾਜ਼ਤ ਅੱਗੇ ਜਾਣੇ ਅਤੇ ਮਾਸ਼ਾਅੱਲ ਅਚਾਨਕ ਹੋ ਜਾਂਦੇ ਨੇ ਬੱਦਲ ਮੌਸਮ ਬਹੁਤ ਜ਼ਬਰਦਸਤ ਬਣ ਜਾਂਦਾ ਤੇ ਬੱਦਲ ਹੋਈ ਹੁੰਦੇ ਨੇ ਮੌਸਮ ਬੜਾ ਜ਼ਬਰਦਸਤ ਹੋਣਾ ਮੌਸਮ ਬਣ ਜਾਂਦਾ ਤਿੰਨ ਇੰਨੇ ਅਸਰ ਦੀ ਨਮਾਜ਼ ਦਾ ਟਾਈਮ ਹੋ ਜਾਂਦਾ ਅਸੀਂ ਅਸਰ ਦੀ ਨਮਾਜ਼ ਪੜ੍ਹਿੰਦੀ ਆ ਨਮਾਜ਼ ਪੜ੍ਹਨ ਤੋਂ ਬਾਅਦ ਫਾਰਮ ਦਾ ਚੱਕਰ ਲਾ ਕੇ ਅਸੀਂ ਆਣੇ ਤੇ ਬਹੁਤ ਪਿਆਰਾ ਨਜ਼ਾਰਾ ਸੂਰਜ ਗਰੂਬ ਹੋ ਰਿਹਾ ਹੁੰਦਾ ਠੀਕ ਹੈ ਜੀ ਅੱਲਾ ਹਫਿਜ਼ ਸਾਰੇ ਦੋਸਤਾਂ ਨੂੰ ਇਨਸ਼ਾਅੱਲਾ ਮਿਲਾਂਗੇ ਅਗਲੇ ਵੀਡੀਓ ਦੇ ਵਿੱਚ ਤਮਾਮ